मैं जसबीर कौर बोलनी हाँ, पिंड नाथपुर कर दिया, थाना कर दिया, जिला गुरदासपुर। मेरे बच्चे दो आ, उन्हां दोवां ने जमीन जिहड़ी आ धोखे नाल मेथों ना लवा ली आ, वह आप पूरे हो गए आ। मैनू ठेका बद्दा ही वह नहीं दिंदे। जे कोई मेरा भैन भरा जां कुड़ी मुंडा जां कोई भी जिहड़ा लागो आंढ गुआंढ मेरी मदद करदे आ, ते उन्हां नूं भी धमकियां दिंदे ते मैनू भी धमकियां दिंदे भी इत्थों समान कढ के ते चली जा। ਤੁਸੀਂ ਮੈਨੂੰ ਇਹ ਦੱਸੋ ਬਾਕੀ ਇੰਨਾ ਵਾ ਵੀ ਮੇਰੀ ਜਿਹੜੀ ਆਵਾਜ਼ ਹੋਏ ਤਾਂ ਕੋਲ ਜ਼ਿਲ੍ਹੇ 'ਚ ਪਹੁੰਚਣੀ ਚਾਹੀਦੀ ਹੈ, ਕੋਈ ਮੇਰੀ ਸਹਾਇਤਾ ਥੋੜ੍ਹੀ ਬਹੁਤੀ ਹੋ ਜੇ। ਅਤੇ ਗਾਂ ਮੰਦਾ ਮੈਨੂੰ ਕਰਦੇ ਆ, ਨਾ ਮੈਨੂੰ ਰੋਟੀ ਦਿੰਦੇ ਆ, ਠੇਕਾ ਮੇਰਾ ਬੰਦਾ ਸੀ ਉਹ ਵੀ ਮੈਨੂੰ ਨਹੀਂ ਦਿੰਦੇ। ਮੇਰੀ ਕੋਈ ਕਿਤੇ ਵਾਹ ਨਹੀਂ ਗੀ ਚੱਲਦੀ, ਨਾ ਮੈਂ ਪੁਲਿਸ ਵਾਲਾ ਕੋਈ ਮੇਰੀ ਸੁਣਦਾ, ਨਾ ਕੋਈ ਪਿੰਡ ਦਾ ਹੀ ਸੁਣਦਾ, ਨਾ ਸਰਪੰਚ ਮੈਂਬਰ ਕਿਸੇ ਨੇ ਮੇਰੀ ਸੁਣੀ। ਅਖੀਰ 'ਤੇ ਮੈਂ ਆ ਤੁਹਾਡੇ ਗਾੜੀ ਬੇਨਤੀ ਕਰਦੀ ਹਾਂ ਵੀ ਮੈਨੂੰ ਰੋਟੀ ਪਾਣੀ ਅਤੇ ਖਰਚਾ ਮੇਰਾ ਮੈਨੂੰ ਦਵਾ ਸਕਦੇ ਹੋ ਤਾਂ ਦਵਾਓ। ਬਾਕੀ ਮੈਂ ਬਹੁਤ ਬਜ਼ੁਰਗ ਹਾਂ, ਮੈਂ ਰੋਟੀ ਪਾਣੀ ਆਪਣਾ ਪਕਾ ਕੇ ਆਪੇ ਖਾਂਦੀ ਸਾਂ, ਅਤੇ ਮੈਨੂੰ ਹੁਣ ਧਮਕੀਆਂ ਦਿੰਦੇ ਵੀ ਇੱਥੋਂ ਸਮਾਨ ਕੱਢ ਲਾ, ਸਮਾਨ ਲੈ ਕੇ ਤਾਂ ਨਿਕਲ ਜਾ ਇੱਥੋਂ, ਮੈਨੂੰ ਦੱਸੋ ਮੈਂ ਕਿੱਥੇ ਜਾਵਾਂ। ਜੇ ਕੋਈ ਮੇਰਾ ਭੈਣ ਭਰਾ ਮੈਨੂੰ ਕੋਈ ਦਵਾਈ ਦਾਰੂ ਲਿਆ ਦਿੰਦਾ, ਜਾਂ ਮੈਂ ਕਿਸੇ ਦੇ ਘਰ ਚੱਲ ਜਾਂਦੀ, ਜਾਂ ਕਿਸੇ ਨਾਲ ਮੈਂ ਕੂਨੀ ਬੋਲਦੀ ਹਾਂ, ਅਤੇ ਉਹਨਾਂ ਨੂੰ ਵੀ ਧਮਕੀਆਂ ਦਿੰਦੇ ਆ ਵੀ ਜੋ ਕੁਛ ਕਰਾਉਂਦੇ ਉਹ ਕਰਾਉਂਦੇ ਆ। ਦੱਸੋ ਕੋਈ ਕਿਸੇ ਨਾਲ ਕਰਾਉਂਦਾ, ਢਿੱਡ ਮੇਰੇ 'ਚ ਭੁੱਖ ਵਾ ਕਿ ਹੋਰ ਕਿਸੇ ਦੇ 'ਚ ਭੁੱਖ ਵਾ? ਨਾ ਮੁੰਡਾ ਵੱਡਾ ਵਾ ਮਾਸਟਰ, ਨਾ ਅਕੈਡਮੀ, ਅਤੇ ਮਲਵਿੰਦਰ ਸਿੰਘ ਨਿੱਕਾ ਲਟੈਰ ਸੂਬੇਦਾਰ, ਅਤੇ ਘਰ ਵਿੱਚ ਬੈਠੇ ਆ, ਘਰ ਵਿੱਚ ਮੈਂ ਵੀ ਬੈਠੀ ਹਾਂ, ਮੈਨੂੰ ਆਉਂਦੇ ਸੀ ਇੱਥੋਂ ਸਮਾਨ ਚੁੱਕ ਕੇ ਚੱਲੀ ਜਾ। ਮੈਨੂੰ ਦੱਸੋ ਮੈਂ ਕਿੱਥੇ ਜਾ ਸਕਦੀ ਹਾਂ ਸਮਾਨ ਲੈ ਕੇ? ਕੋਈ ਮਾਵਾਂ ਨੂੰ ਘਰੋਂ 'ਚੋਂ ਕੱਢਦਾ ਹੁੰਦਾ? ਫਿਰ ਮੇਰੇ ਭੈਣ ਭਰਾ ਤਾਂ ਹੀ ਆਉਂਦੇ ਆ ਲੱਤਾਂ, ਜੇ ਤੇਰੇ ਘਰ ਕੋਈ, ਜੇ ਮੈਂ ਕਿਸੇ ਕੋਲ ਦੁੱਧ ਲਾਇਆ ਤਾਂ ਉਹਨਾਂ ਨੂੰ ਵੀ ਧਮਕੀਆਂ ਦਿੰਦੇ ਆ ਵੀ ਤੈਨੂੰ ਤਾਂ ਫਟਾ ਤਾ ਦੁੱਧ ਦੇ ਕੇ। ਦੱਸੋ ਮੈਂ ਜਿੱਥੇ ਮਰਨਾ ਮੈਂ ਉੱਥੇ ਮਰ ਜਾਵਾਂ, ਮੇਰੀ ਕਿਤੇ ਵਾਹ ਨਹੀਂ ਚੱਲਦੀ। ਜੇ ਤੁਸੀਂ ਲਾ ਸਕਦੇ ਵਾਹ ਤਾਂ ਮੇਰੀ ਵਾਹ ਲਾ ਦਿਉ, ਮੇਰਾ ਰੋਟੀ ਪਾਣੀ ਲਾ ਦਿਉ। ਇਹ ਸਾਰੇ ਥਾਈਂ ਘੁੰਮਣੀ ਚਾਹੀਦੀ ਆ, ਸਾਰੇ ਜ਼ਿਲ੍ਹੇ ਦੇ ਵਿੱਚ ਪਤਾ ਲੱਗ ਜੇ। ਮਿੰਦਰ ਸਿੰਘ ਜੋਗੀ ਚੀਮੇ, ਨਾ ਇਹ ਮਾਸਟਰ ਅਤੇ ਨਾ ਇਹ ਅਕੈਡਮੀ। ਨਿੱਕਾ ਮੁੰਡਾ ਜਿਹੜਾ ਉਹ ਸੂਬੇਦਾਰ ਵਾ, ਪਿਲਸਣ ਲੈਂਦਾ ਵਾ, ਉਹ ਘਰ 'ਚ ਰਹਿੰਦਾ, ਉਹ ਉੱਥੋਂ ਆਣ ਕੇ ਪੈ ਆਉਂਦਾ ਵਾ, ਝੋਨਾ ਝਾਨਾ ਲਾਉਣ ਡੇ, ਪਿੱਛੇ 'ਚ ਕਣਕਾਂ ਕੁਣਕਾਂ ਵੱਢੀਆਂ ਨੇ। ਅਤੇ ਜਦੋਂ ਮੈਂ ਕੋਈ ਚੀਜ਼ ਮੰਗਦੀ ਹਾਂ ਉਦੋਂ ਮੈਨੂੰ ਇਹ ਝਿੜਕਾਂ ਦਿੰਦੇ ਅਤੇ ਮਾਰਨ ਪੈਂਦੇ, ਆਉਂਦੇ ਇੱਥੋਂ ਸਮਾਨ ਚੁੱਕ ਕੇ ਕਿਤੇ ਚਲੀ ਜਾ, ਮੈਂ ਕਿੱਥੇ ਜਾ ਸਕਦੀ ਹਾਂ? ਜੋਗੀ ਚੀਮੇ ਵੱਡਾ ਮੁੰਡਾ ਜੋਗੀ ਚੀਮੇ ਰਹਿੰਦਾ ਬੜੇ ਚਿਰ ਦਾ, ਉੱਥੇ ਉਹਨੇ ਅਕੈਡਮੀ ਬਣਾਈ ਆ, ਉੱਥੇ ਉਹਦੀ ਮਾਸਟਰੀ ਆ ਸਰਕਾਰੀ, ਬਲੱਗੜੀ ਉਹ ਸਰਕਾਰੀ ਨੌਕਰੀ ਸਕੂਲ ਦੇ ਵਿੱਚ ਪੜ੍ਹਾਉਂਦਾ ਵਾ। ਅਤੇ ਮੈਨੂੰ ਮੇਰੀ ਵਾਰਾਂ ਕੱਖ ਨਹੀਂ ਦਿੰਦੇ, ਜੇ ਮੈਂ ਕਿਸੇ ਭੈਣ ਭਰਾ ਨੂੰ ਤਰਲਾ ਪਾਉਣੀ ਵੀ ਮੈਨੂੰ ਦਵਾਈ ਲਿਆ ਦਿਉ, ਮੈਨੂੰ ਮੈਂ ਤੁਰਨ ਜੋਗੀ ਨਹੀਂ ਗੀ ਹੈਗੀ, ਮੈਂ ਸਹੀਏ ਸਿੱਗੇ ਤੁਰ ਕੇ ਕਿਤੇ ਜਾਵਾਂ ਆਵਾਂ, ਅਤੇ ਉਹਨਾਂ ਨੂੰ ਵੀ ਗਾੜੀਆਂ ਧਮਕੀਆਂ ਦਿੰਦੇ ਆ। ਮੇਰਾ ਹਾਲ ਕਰੋ ਕੁਛ ਵੀ, ਮੈਂ ਹੁਣ ਕਿੱਥੇ ਜਾਵਾਂ? ਚਲੋ ਜਿਹੜੇ ਲਾਗਾ ਲਾਗਾ ਪਿੰਡ ਵਾ ਜਾਂ ਕੋਈ ਵੀ ਹੈਗਾ, ਉੱਥੇ ਤੀਕ ਮੇਰੀਆਂ ਇਹ ਗੱਲਾਂ ਪਹੁੰਚਣੀਆਂ ਚਾਹੀਦੀਆਂ ਨੇ। ਥੋੜ੍ਹਾ ਬਹੁਤਾ ਮੇਰੀ ਕੋਈ ਮਦਦ ਕਰੇ, ਮੇਰਾ ਕੋਈ ਆਸਰਾ ਦੇਵੇ। ਮੈਂ ਪੁਲਿਸ ਕੋਲ ਵੀ ਹੋ ਆਈ ਹਾਂ, ਮੇਰੀ ਪੁਲਿਸ ਨੇ ਵੀ ਕੋਈ ਨਹੀਂ ਗੀ ਸੁਣੀ। ਪੁਲਿਸ ਨੂੰ ਉਹ ਘੇਰਦੇ ਆ ਜਾਂ ਆਪਣੀਆਂ ਫਰਮਾਇਸ਼ਾਂ ਪਾਉਂਦੇ, ਕੋਈ ਕਰਦੇ, ਮੇਰੀ ਕੋਈ ਫਰਮਾਇਸ਼ ਨਹੀਂ ਹੈਗੀ। ਇਹ ਬੇਨਤੀ ਆ ਵੀ ਇਹ ਸਾਰੇ ਜ਼ਿਲ੍ਹੇ ਦੇ ਵਿੱਚ ਘੁੰਮਣੀ ਚਾਹੀਦੀ ਆ, ਕੋਈ ਸਹਾਇਤਾ ਮੇਰੀ ਕਰ ਸਕਦਾ ਵਿੱਚੋਂ? ਹਾਂਜੀ, ਮੈਂ ਸਰਪੰਚ ਪਿੰਡ ਦਾ ਸਰਪੰਚ ਵਾ ਪੰਚਾਇਤ, ਉਹਦੀ ਵੱਲ ਵੀ ਗਈ ਹਾਂ, ਉਹਨੇ ਵੀ ਮੈਨੂੰ ਕੋਈ ਹੱਥ ਪੱਲਾ ਨਹੀਂ ਫੜਾਇਆ। ਉਹ ਇਹੋ ਆਉਂਦਾ ਰਿਹਾ ਵੀ ਮਾਤਾ ਮੈਨੂੰ ਨਹੀਂ ਉਹ ਮੰਨਦੇ, ਮੈਨੂੰ ਨਹੀਂ ਉਹ ਦਿੰਦੇ, ਤੂੰ ਜਿੱਥੇ ਤੀਕ ਪਹੁੰਚ ਸਕਦੀ ਪਹੁੰਚ ਜਾ। ਮੈਂ ਹੁਣ ਤੁਹਾਡੇ ਤੀਕ ਪਹੁੰਚ ਗਈ ਹਾਂ, ਅਤੇ ਮੇਰੇ ਹੱਥ ਜੋੜ ਕੇ ਤੁਹਾਡੇ ਗਾੜੀ ਬੇਨਤੀ ਆ ਵੀ ਮੇਰਾ ਕੋਈ ਹਾਲ ਕਰੋ, ਮੈਨੂੰ ਪੈਸਾ ਦਿਵਾਓ। ਖਰਚਾ ਮੇਰਾ ਇੰਨਾ ਵੱਧਾ ਸੀਗਾ 50,000 ਰੁਪਈਆ, ਉਹ ਮੈਨੂੰ ਹੁਣ ਨਹੀਂ ਕਿਹਾ ਦਿੰਦੇ। ਉਹਦੇ ਜਿੱਥੇ ਮਰਜ਼ੀ ਸਮਾਨ ਚੁੱਕ ਕੇ ਨਿਕਲ ਜਾ ਅਤੇ ਚਲੀ ਜਾ। ਦੱਸੋ ਮੈਨੂੰ ਵੀ ਮੈਂ ਕਿੱਥੇ ਜਾ ਸਕਦੀ ਹਾਂ? ਇਸ ਵੇਲੇ ਮੈਂ ਕਾਦੀਆਂ ਦੇ ਵਿੱਚ ਬੋਲਣ ਡਈ ਹਾਂ, ਕਿਉਂ ਮੈਨੂੰ ਲਾਗੋ ਕੋਈ ਆਸਰਾ ਨਹੀਂ ਗਾ ਵੀ ਮੈਨੂੰ ਨੰਬਰ ਮੈਂ ਲਾਉਣ ਨਹੀਂ ਜਿੰਗੀ ਜਾਣ ਦੀ। ਨੰਬਰ ਮੈਂ ਕਿਸੇ ਕੋਲ ਨੰਬਰ ਵੀ ਲਵਾ ਲਾ ਕਿਸੇ ਭੈਣ ਭਰਾ ਨੂੰ, ਅਤੇ ਉਹ ਆਖ ਦਿੰਦੇ ਆ ਵੀ ਉਹਦੇ ਦਵਾਏ ਹੋ ਜਾਂਦੇ ਵੀ ਤੂੰ ਫਲਾਨੇ ਕੋਲ ਨੰਬਰ ਕਿਵੇਂ ਲਵਾਇਆ। ਦੱਸੋ ਮੈਨੂੰ ਮੈਂ ਕਿੱਥੇ ਲਵਾਵਾਂ? ਮੈਂ ਬਜ਼ੁਰਗ ਵਾਂ, ਮੈਂ ਕੋਈ ਨੱਠਣ ਭੱਜਣ ਜੋਗੀ ਤਾਂ ਹੁਣ ਹੈ ਨਹੀਂ। ਇਹ ਹੁਣ ਮੈਂ ਤਰਲਾ ਕੀਤਾ ਕਿਸੇ ਦਾ, ਮਿਹਨਤ ਕੀਤੀ ਆ ਵੀ ਮੇਰੀਆਂ ਵੀਡੀਓ ਬਣਾ ਦਿਉ, ਪਰ ਇਹਦੀ ਵਿੱਚ ਮੇਰੀ ਮਦਦ ਹੋਣੀ ਚਾਹੀਦੀ ਆ। ਮੈਂ ਕਿਸੇ ਦਾ ਤਰਲਾ ਲਿਆ ਗਿਆ, ਮੈਂ ਨਾ ਵੀਡੀਓ ਬਣਾਉਣ ਜਾਣਨੀ ਆ, ਨਾ ਮੈਂ ਨੰਬਰ ਲਾਉਣ ਜਾਣਨੀ ਆ, ਅਤੇ ਇਸ ਲਈ ਮੈਂ ਕਿਸੇ ਦਾ ਤਰਲਾ ਮਾਰ ਕੇ ਸ਼ਹਿਰ ਦੇ ਵਿੱਚ ਸ਼ਹਿਰ ਮੈਂ ਆਈ ਹਾਂ ਰਸ਼ਕੇ ਦੇ, ਮੈਂ ਉਹਨੀ ਦੇ ਰਸ਼ਕੇ ਵਾਲਿਆਂ ਨੂੰ ਧਮਕੀਆਂ ਦਿੰਦੇ ਆ
ਵੀ ਤੂੰ ਰਛ ਕੇ ਤੇ ਇਹਨੂੰ ਖੜਨਾ ਤੇ ਖੜਦਾ ਕਿਉਂ ਬੁੱਢੀ ਨੂੰ? ਮੈਨੂੰ ਦੱਸੋ ਮੈਂ ਕਾਹਤੇ ਆ ਸਕਦੀ ਹਾਂ? ਨਪੜ ਮੈਂ ਬੁੱਢੀ ਹਾਂ, ਆਦਮੀ ਮੇਰਾ 2 ਸਾਲ ਲੰਮਾ ਪਿਆ ਰਿਹਾ, ਕਿਸੇ ਪੁੱਤ ਨੇ ਤੇ ਪੈਸਾ ਨਹੀਂ ਉੱਤੇ ਲਾਇਆ, ਕਿਸੇ ਪੁੱਤ ਨੇ ਉਹਦੀ ਸੇਵਾ ਨਹੀਂ ਕੀਤੀ, ਕਿਸੇ ਪੁੱਤ ਨੇ ਉਹਨੂੰ ਪੁੱਛ ਕੇ ਨਹੀਂ ਵੇਖਿਆ, ਅਤੇ ਜ਼ਮੀਨ ਜਿਹੜੀ ਉਹ ਸਾਂਭ ਕੇ ਬਹਿ ਗਏ 2-2, 3-3 ਕਿੱਲੇ ਉਹ ਕਾਹਦੀ ਵਾਸਤੇ ਸਾਂਭ ਕੇ? ਮੈਨੂੰ ਮੇਰੀ ਇੰਨੀ ਮਿਹਰਬਾਨੀ ਹੋਣੀ ਚਾਹੀਦੀ ਹੈ ਤੁਹਾਨੂੰ ਵੀ ਬਸ ਮੇਰੀ ਮਦਦ ਜਿੱਥੇ ਤੁਸੀਂ ਕਰ ਸਕਦੇ ਹੋ ਕਰ ਲਓ, ਮੈਨੂੰ ਖਰਚਾ ਦਵਾ ਦਿਓ। ਜੇ ਤੁਸੀਂ ਆਖੋ ਵੀ ਰੋਟੀ ਮੈਂ ਉਹਨਾਂ ਦੇ ਨਾਲ ਰੋਟੀ ਨਹੀਂ ਹੁਣ ਖਾਂਦੀ, ਉਹਨਾਂ ਨੂੰ ਉਹਨਾਂ ਕੋਲ ਮੈਨੂੰ 24 ਘੰਟੇ ਖਤਰਾ ਵਾ, ਦੁਕਾਨ ਮੈਂ 6 ਵਜੇ ਅੰਦਰੋਂ ਗੁੰਡੇ ਜਿੰਦੇ ਮਾਰ ਕੇ ਅੰਦਰ ਸੌਂ ਜਾਂਦੀ ਹਾਂ, ਸਵੇਰੇ ਮੈਂ 9 ਵਜੇ ਬਾਹਰ ਨਿਕਲਦੀ, ਜਦੋਂ ਲੋਕ ਨਿਕਲਦੇ ਬਾਹਰ ਫਿਰ ਮੈਂ ਬਾਹਰ ਨਿਕਲਦੀ ਹਾਂ ਡਰਦੀ। ਮੇਰਾ ਹਾਲ ਕਿਸ ਤਰ੍ਹਾਂ ਨਾਲ ਮੇਰਾ ਹਾਲ ਜਿਹੜਾ ਇਹ ਕੰਮ ਹੋਣਾ ਚਾਹੀਦਾ। ਮੇਰਾ ਪਿੰਡ ਨਾਥਪੁਰ ਲਾਗਾ ਕਾਦੀਆਂ ਜ਼ਿਲ੍ਹਾ ਨਾ ਗੁਰਦਾਸਪੁਰ, ਅਤੇ ਮੇਰੀ ਮਿਹਰਬਾਨੀ ਕਰਕੇ ਇੰਨੀ ਕੁ ਮਦਦ ਕਰ ਦਿਓ, ਮੈਨੂੰ ਖਰਚਾ ਦਵਾ ਦਿਓ, ਮੈਂ ਆਪਣਾ ਖਰਚਾ ਦਵਾਈ ਦਾਰੂ ਬਿਮਾਰ ਮੈਂ ਰਹਿੰਦੀ ਹਾਂ, ਮੈਨੂੰ ਕੋਈ ਖਰਚਾ ਨਹੀਂ ਦਿੰਦਾ, ਸਗੋਂ ਮੈਨੂੰ ਧਮਕੀਆਂ ਗਾਲੀਆਂ ਦਿੰਦੇ ਆ। ਮੈਂ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਹੈ, ਮੈਂ ਦੁਕਾਨ ਤੋਂ 7 ਵਜੇ ਜਿੰਦਾ ਮਾਰ ਕੇ ਅਤੇ ਅੰਦਰ ਮਰ ਜਾਂਦੀ ਹਾਂ, ਸਵੇਰੇ 8-9 ਵਜੇ ਮੈਂ ਬਾਹਰ ਨਿਕਲਦੀ ਹਾਂ, ਮੈਂ ਡਰਦੀ ਹਾਂ ਉਹਨਾਂ ਕੋਲ ਮੈਨੂੰ ਧਮਕੀਆਂ ਉਹ ਦਿੰਦੇ ਆ।